ਤੁਹਾਡੇ ਆਸ ਪਾਸ ਕਿੰਨੇ ਹੀ ਦਰਖਤ ਹਨ ਜੋ ਕਿ ਦੋਸਤ ਚਾਪਣਗੇ ਜੇ ਸਾਨੂੰ ਇਹਨਾਂ ਦੇ ਨਾਮ ਪਤਾ ਹੋਣ। ਦਰਖਤ ਸਾਨੂੰ ਖਾਦ ਪਦਾਰਥ, ਆਸਰਾ, ਲੱਕੜੀ, ਛਾਂ ਅਤੇ ਬਾਲਣ ਦਿੰਦੇ ਹਨ। ਫਿਰ ਵੀ ਸਾਨੂੰ ਦਰਖਤਾਂ ਬਾਰੇ ਕਿੰਨਾ ਘੱਟ ਪਤਾ ਹੁੰਦਾ ਹੈ। ਜੇ ਅਸੀਂ ਦਰਖਤਾਂ 'ਤੇ ਛੋਟੀਆਂ ਤਖਤੀਆਂ ਲਗਾ ਦੇਈਏ ਤਾਂ ਲੋਕਾਂ ਨੂੰ ਇਹਨਾਂ ਦੇ ਨਾਮ ਪਤਾ ਲੱਗਣਗੇ ਅਤੇ ਕਿੰਨਾ ਚੰਗਾ ਹੋਵੇਗਾ। ਨਾਮ ਦੀਆਂ ਤਖਤੀਆਂ ਬਣਾਉਣ ਲਈ ਤੁਹਾਨੂੰ ਜ਼ਰੂਰਤ ਹੈ ਐਲਫਾਬੈਟ 5Z ਦੀ। 0 ਤੋਂ 9 ਤੱਕ ਦੇ ਨੰਬਰ 5 ਵੀ ਹੁੰਦੇ ਹਨ। ਅੱਖਰਾਂ ਦੇ 5 ਵੱਖਰੇ ਪ੍ਰਕਾਰ ਦੇ ਹਨ। ਇੱਕ ਪਤਲੀ ਅਲਮੀਨੀਅਮ ਸ਼ੀਟ ਲਵੋ ਅਤੇ ਉਸ ਨੂੰ ਪੁਰਾਣੇ ਰਸਾਲੇ 'ਤੇ ਰੱਖ ਲਓ। ਉਪਯੁਕਤ 5 ਰੱਖੋ ਅਤੇ ਹਥੌੜਾ ਮਾਰੋ। ਇਹ ਅੱਖਰ ਉੱਭਰ ਆਏਗਾ ਹੌਲੀ ਹੌਲੀ। ਦਰਖਤ ਦਾ ਪੂਰਾ ਨਾਂ ਉੱਭਰ ਆਏਗਾ ਪੈਥੋ ਡੀ ਕੈਂਪ ਪਾਨਿਊਲੇਟਾ, ਜਿਸ ਨੂੰ ਸਰਿੰਚ ਟ੍ਰੀ ਵੀ ਕਹਿੰਦੇ ਹਨ। ਇਸ ਉਭਾਰ 'ਤੇ ਮਾਰਕਰ ਪੈੱਨ ਲਗਾਓ ਤਾਂ ਕਿ ਚੰਗਾ ਸਾਫ਼ ਦਿਖਾਈ ਦੇਵੇ। ਇਸ ਤਰ੍ਹਾਂ ਲੋਕ ਦੂਰੋਂ ਹੀ ਪੜ੍ਹ ਸਕਣਗੇ ਅਤੇ ਇਹ ਜਨ ਸਿੱਖਿਆ ਦਾ ਚੰਗਾ ਸਾਧਨ ਹੋਵੇਗਾ। ਬੋਟੈਨੀਕਲ ਨਾਮ ਤੋਂ ਇਲਾਵਾ ਆਮ ਭਾਸ਼ਾ ਦਾ ਨਾਮ ਵੀ ਲਿਖ ਸਕਦੇ ਹੋ। ਕਾਫ਼ੀ ਸਾਰੀਆਂ ਤਖਤੀਆਂ ਬਣਾ ਕੇ ਦਰਖਤਾਂ, ਝਾੜੀਆਂ ਅਤੇ ਨਿੱਕੇ ਪੌਦਿਆਂ ਨੂੰ ਬੰਨੋ। ਟੈਟਰਾਪੈਕਸ ਦੇ ਅੰਦਰ ਵੀ ਉਭਾਰੇ ਨਾਮ ਲਿਖ ਸਕਦੇ ਹੋ। ਸਕੂਲਾਂ ਵਿੱਚ ਬੱਚਿਆਂ ਨੂੰ ਇਸ ਕੰਮ ਲਈ ਉਤਸ਼ਾਹਿਤ ਕਰ ਸਕਦੇ ਹੋ। ਜਨ ਸਿੱਖਿਆ ਦਾ ਇਹ ਚੰਗਾ ਮਾਧਿਅਮ ਹੋਵੇਗਾ।